ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਇੱਕ ਵਾਰ ਫਿਰ 1984 ਜਿਹੜੀ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਸੀ ਉਹਦੇ ਪੀੜਿਤ ਪਰਿਵਾਰਾਂ ਦਾ ਤੇ ਵਿਧਵਾ ਜਿਹੜੇ ਵਾ ਉਹਨਾਂ ਦੀ ਸਾਈਡ ਲਈ ਹੈ ਉਹਨਾਂ ਦਾ ਇੱਕ ਤਰੀਕੇ ਨਾਲ ਹੱਥ ਫੜਿਆ ਵਾ ਤੁਹਾਨੂੰ ਯਾਦ ਹੋ ਕਿ ਦਿੱਲੀ ਦੇ ਚੋਣਾਂ ਤੋਂ ਪਹਿਲਾਂ ਵੱਖਰੀਆਂ ਵੱਖਰੀਆਂ ਪਾਰਟੀਆਂ ਨੇ ਬੜੇ-ਬੜੇ ਵਾਅਦੇ ਕੀਤੇ ਸੀ ਭਾਜਪਾ ਨੇ ਔਰ ਕੇਂਦਰ ਸਰਕਾਰ ਨੇ ਇਹ ਵੀ ਅਨਾਉਂਸ ਕੀਤਾ ਸੀ ਕਿ ਜਿਹੜੇ ਪੀੜਿਤ ਪਰਿਵਾਰ ਨੇ ਔਰ ਵਿਧਵਾ ਜੜੀਆਂ ਵਾਂ ਉਹਨਾਂ ਨੂੰ ਇਨਹਾਂਸਡ ਕੰਪੰਸੇਸ਼ਨ ਦਿੱਤੀ ਜਾਊਗੀ 5-5 ਲੱਖ ਰੁਪਈਆ ਦਿੱਤਾ ਜਾਊਗਾ ਪਰ ਚੋਣਾ ਤੋਂ ਬਾਅਦ ਸਭ ਭੁੱਲ ਗਏ ਅਰਵਿੰਦ ਕੇਜਰੀਵਾਲ ਨੇ ਦੋ ਵਾਰੀ ਚਿੱਠੀ ਲਿਖੀ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਿ ਉਹਨਾਂ ਦੇ ਜਿਹੜੇ ਇਨਹਾਂਸਡ ਕੰਪੰਸੇਸ਼ਨ ਹੈ ਹਰ ਪਰਿਵਾਰ ਨੂੰ 5-5 ਲੱਖ ਦਾ ਜਿਹੜਾ ਵਾਅਦਾ ਵਾ ਉਹ ਪੂਰਾ ਕੀਤਾ ਜਾਏ ਜਦੋਂ ਸਰਕਾਰ ਨੇ ਉਹਨਾਂ ਦਾ ਜਿਹੜੀ ਕੰਪੰਸੇਸ਼ਨ ਹੈ ਇਨਹਾਂਸਡ ਕੰਪੰਸੇਸ਼ਨ ਨਾ ਦਿੱਤੀ ਤੇ ਫਿਰ ਅਰਵਿੰਦ ਕੇਜਰੀਵਾਲ ਨੇ ਆਪਣੇ ਕੋਲੋਂ ਇੱਕ ਕੰਪੰਸੇਸ਼ਨ ਦੇਣ ਦਾ ਫੈਸਲਾ ਕਰ ਲਿਆ ਉਹਨਾਂ ਨੇ 10 ਕਰੋੜ ਰੁਪਇਆ ਅਡ ਰੱਖਿਆ ਵਾ ਇਹ ਪੈਸਾ ਜਿਹੜਾ ਵਾ ਇਹਨਾਂ ਪਰਿਵਾਰਾਂ ਨੂੰ ਇਹਨਾਂ ਦੇ ਵਿੱਚ ਵੰਡਿਆ ਜਾਊਗਾ ਜਿੱਥੇ ਮੈਂ ਕਹੂੰਗਾ ਕਿ ਉਹ ਉਹਨਾਂ ਦਾ ਕਦਮ ਜਿਹੜਾ ਵਾ ਸ਼ਲਾਗਾ ਯੋਗਿਆ ਉੱਥੇ ਮੈਂ ਕੇਂਦਰ ਸਰਕਾਰ ਦੀ ਨਿੰਦਾ ਵੀ ਕਰਨੀ ਚਾਹੂੰਗਾ ਕਿ ਉਹਨਾਂ ਨੇ ਇੱਕ ਵਾਦਾ ਕਰਕੇ ਵਾਦਾ ਕਰਕੇ ਉਹ ਪੁੱਲ ਗਏ ਇਹ ਵੀ ਨਹੀਂ ਖਿਆਲ ਕੀਤਾ ਕਿ ਇਹ 30 ਸਾਲ ਤੋਂ ਇਹ ਜਿਹੜੇ ਪਰਿਵਾਰ ਆ ਇਹ ਵਿਚਾਰੇ ਸਫਰ ਕਰ ਰਹੇ ਆ ਪੀੜੇ ਤੇ 30 ਸਾਲਾਂ ਤੋਂ ਪਰ ਫਿਰ ਵੀ ਉਹਨਾਂ ਨੇ ਇਹਦੀ ਪਰਵਾਹ ਨਾ ਕੀਤੀ